ਹੁਣ ਅਸੀਂ ਕਰਦੇ ਹਾਂ ਜੀ ਇਹਦਾ ਦੂਸਰਾ ਭਾਗ। ਦੂਸਰਾ ਭਾਗ ਹੈ ਕਿ ਪੜਤਾਲ ਕਰੋ। ਅਸੀਂ ਨੇ ਪੜਤਾਲ ਕਰਨੀ ਹੈ, ਭਾਵ ਅਸੀਂ ਇਹ ਦੱਸਣਾ ਕਿ ਇਹ ਜਿਹੜੀਆਂ ਦੋਨੋਂ ਸਾਈਡਜ਼ ਨੇ ਉਹ ਇਕੁਅਲ ਨੇ, ਠੀਕ ਹੈ। ਇਹਨਾਂ ਦੀ ਪੜਤਾਲ ਕਰਕੇ ਦੇਖਿਆ ਹੋਣੀ ਹੈ ਅਸੀਂ ਨੇ 15 × 9 ਜੋੜ ਘਟਾ 6, ਠੀਕ ਹੈ ਜੀ। ਜੋੜ 15 × 9 ਇਹ ਬਰਾਬਰ ਦੇ ਵਿੱਚ ਪਾਇਆ ਹੋਇਆ ਇੱਥੇ ਬਰਾਬਰ ਲਿਖ ਕੇ, ਠੀਕ ਹੈ ਜੀ। ਜੋੜ 15 × 6, ਠੀਕ ਹੈ ਜੀ। ਇੱਥੇ ਅਸੀਂ ਬ੍ਰੈਕਿਟ ਬੰਦ ਕਰ ਦੇਣਾ ਹੈ। ਇਸ ਤਰੀਕੇ ਨਾਲ ਅਸੀਂ ਇਹਨੂੰ ਲਿਖ ਸਕਦੇ ਹਾਂ, ਠੀਕ। ਦੇਖੋ ਜੀ ਹੁਣ ਅਸੀਂ ਇਹਨੂੰ ਹੱਲ ਕਰਾਂਗੇ। ਪਹਿਲਾਂ ਅਸੀਂ ਖੱਬਾ ਪਾਸਾ ਲੈ ਕੇ ਚੱਲਦੇ ਹਾਂ ਇਹਦਾ, ਠੀਕ ਹੈ ਜੀ। ਇਹ ਜੋ ਖੱਬਾ ਪਾਸਾ ਪਹਿਲਾਂ ਇਹ ਲੈ ਕੇ ਚੱਲਾਂਗੇ, ਉਸ ਤੋਂ ਬਾਅਦ ਸੱਜਾ ਪਾਸਾ ਲੈ ਕੇ ਚੱਲਾਂਗੇ। ਜੇਕਰ ਦੋਨੋਂ ਪਾਸੇ ਬਰਾਬਰ ਆ ਗਏ ਤਾਂ ਭਾਵ ਇਹਨਾਂ ਦੀ ਪੜਤਾਲ ਹੋ ਜਾਵੇਗੀ। ਸੋ ਖੱਬਾ ਪਾਸਾ ਹੈ ਜੀ ਸਾਡੇ ਕੋਲ 15 × ਬ੍ਰੈਕਿਟ ਦੇ ਵਿੱਚ ਹੈ 9 ·6, ਬ੍ਰੈਕਿਟ ਬੰਦ, 15 × ਠੀਕ ਹੈ ਜੀ। ਇੱਥੇ ਦੇਖੋ ਪਹਿਲਾਂ ਅਸੀਂ ਬ੍ਰੈਕਿਟ ਸੋਲਵ ਕਰਦੇ ਹਾਂ ਵਿੱਚ ਵਾਲਾ। ਇੱਥੇ ਕਿ 9 ·6, ਘਟਾ 6 ਵਿੱਚ ਹੈ ਤਾਂ ਇਹ ਘਟਾ ਅਤੇ ਇਹ ਜੋੜ ਕੀ ਬਣ ਜਾਣਗੇ, ਘਟਾ ਬਣ ਜਾਣਗੇ। ਭਾਵ ਵਿੱਚ ਕੀ ਆ ਜੀ ਸਾਡੇ ਕੋਲ 9 ·6, ਠੀਕ ਹੈ ਜੀ। ਹੁਣ ਲਿਖਾਂਗੇ ਅਸੀਂ 15 × ਇਹ ਬ੍ਰੈਕਿਟ ਹੱਲ ਕਰਕੇ ਕਿੰਨਾ ਆਏਗਾ, 9 ·6 ਕਿੰਨਾ ਬਣੇਗਾ, 3, ਠੀਕ ਹੈ ਜੀ। ਇਹਨੂੰ ਗੁਣਾ ਕਰਨ 'ਤੇ ਕਿੰਨਾ ਬਣ ਜਾਏ ਸਾਡੇ ਕੋਲ, 45, 45 ਸਾਡਾ ਖੱਬਾ ਪਾਸਾ ਆ ਗਿਆ। ਉਸ ਤੋਂ ਬਾਅਦ ਅਸੀਂ ਹੱਲ ਕਰਦੇ ਹਾਂ ਜੀ ਸੱਜਾ ਪਾਸਾ, ਸੱਜਾ ਪਾਸਾ ਹੱਲ ਕਰਨ ਦੇ ਲਈ ਅਸੀਂ ਇਹ ਸੱਜਾ ਪਾਸਾ ਲੈ ਕੇ ਚੱਲਦੇ ਹਾਂ ਜੀ। 15 × 9 ਜੋੜ 15 × 6, ਠੀਕ ਹੈ ਜੀ। ਹੁਣ ਦੇਖੋ ਪਹਿਲਾਂ ਬ੍ਰੈਕਿਟ ਹੱਲ ਕਰ ਲਓ, ਠੀਕ ਹੈ। ਇਹਨੂੰ ਇਸੇ ਤਰ੍ਹਾਂ ਲਿਖ ਲੈਂਦੇ ਅਸੀਂ ਜੋੜ। ਦੇਖੋ ਜੀ ਇੱਥੇ ਅਸੀਂ ਹੱਲ ਕਰਾਂਗੇ, ਇਹਨੂੰ ਗੁਣਾ ਕਰਾਂਗੇ ਜਦੋਂ, 15 × 6 ਕਿੰਨਾ ਬਣੇਗਾ, 90 ਘਟਾ ਦਾ, ਠੀਕ ਹੈ ਜੀ ਇਸ ਤਰ੍ਹਾਂ। ਅਤੇ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਇਹਨੂੰ ਹੱਲ ਕਰਨਾ ਹੈ। ਇਹਨੂੰ ਹੱਲ ਕਿਵੇਂ ਕਰਾਂਗੇ, ਦੇਖੋ ਇਹਨਾਂ ਦੀ ਗੁਣਾ ਕਰੋ ਕਿੰਨਾ ਆਏਗਾ, 135, ਠੀਕ ਹੈ। 15 × 135 ਜੋੜ ਅਤੇ ਘਟਾ ਕੀ ਬਣ ਜਾਏਗਾ, ਘਟਾ 90, ਠੀਕ ਹੈ ਜੀ। ਹੁਣ 135 ਦੇ ਵਿੱਚ ਜਦ ਅਸੀਂ 90 ਕੱਢਾਂਗੇ ਤਾਂ ਕਿੰਨਾ ਬਚੇਗਾ, 45, ਠੀਕ ਹੈ ਜੀ। ਖੱਬਾ ਪਾਸਾ ਕਿੰਨਾ ਆਇਆ ਸੀ, 45, ਸੱਜਾ ਪਾਸਾ ਕਿੰਨਾ ਆ ਗਿਆ, 45। ਤਾਂ ਦੋਨੋਂ ਪਾਸੇ ਦੇਖਦੇ ਹਾਂ ਅਸੀਂ ਬਰਾਬਰ ਆ ਗਏ ਨਾ, ਖੱਬਾ ਪਾਸਾ ਬਰਾਬਰ ਸੱਜਾ ਪਾਸਾ, ਠੀਕ ਹੈ। ਇਸ ਤਰ੍ਹਾਂ ਇਹਦੀ ਪੜਤਾਲ ਕਰਨੀ ਸੀ। ਤਾਂ ਇਸ ਤਰ੍ਹਾਂ ਇਹ ਸੈਕਿੰਡ ਸਵਾਲ ਵੀ ਸਾਡਾ ਕੰਪਲੀਟ ਹੋ ਗਿਆ, ਇਹ ਸਹੀ ਹੈ। ਇੱਥੇ ਚਾਹੇ ਲਿਖ ਸਕਦੇ ਹੋ ਵੀ ਇਸ ਦੀ ਪੜਤਾਲ ਹੋ ਚੁੱਕੀ ਹੈ, ਇਹ ਸਹੀ ਹੈ। ਇਸ ਦੀ ਪੜਤਾਲ ਕਰਨ 'ਤੇ ਪਤਾ ਚੱਲਦਾ ਹੈ ਕਿ ਇਹ ਬਿਲਕੁਲ ਸਹੀ ਹੈ, ਠੀਕ ਹੈ ਜੀ। ਇਸ ਤਰ੍ਹਾਂ ਇਹਨੂੰ ਅਸੀਂ ਲਿਖ ਸਕਦੇ ਹਾਂ। ਉਸ ਤੋਂ ਬਾਅਦ ਜੋ ਸਾਡੇ ਕੋਲ ਨੈਕਸਟ ਸਵਾਲ ਹੈ ਜੀ, ਹੁਣ ਅਸੀਂ ਉਹ ਹੱਲ ਕਰਦੇ ਹਾਂ। ਤੀਸਰਾ ਭਾਗ ਹੈ ਉਹ ਹੱਲ ਕਰਾਂਗੇ ਅਸੀਂ ਹੁਣ। ਜੋ ਸੈਕਿੰਡ ਦਾ ਸੈਕਿੰਡ ਹੈ ਉਹ ਤੁਸੀਂ ਖੁਦ ਕਰ ਸਕਦੇ ਹੋ, ਪ੍ਰੈਕਟਿਸ ਦੇ ਲਈ ਤੁਹਾਡੀ ਰਹੀ ਛੱਡ ਰਹੇ ਹਾਂ ਉਹ, ਠੀਕ ਹੈ ਜੀ। ਹੁਣ ਅਸੀਂ ਥਰਡ ਪਾਰਟ 'ਤੇ ਆ ਜਾਓ, ਭਾਗ ਤੀਜਾ। ਇਹਦੇ ਵਿੱਚ ਅਸੀਂ ਨੇ ਖਾਲੀ ਥਾਵਾਂ ਭਰਨੀਆਂ ਨੇ, ਠੀਕ ਹੈ ਜੀ। ਜਿਵੇਂ ਕਿ 15 × ਇੱਥੇ ਸਾਨੂੰ ਖਾਲੀ ਥਾਂ ਛੱਡ ਰੱਖੀ ਇਹਨਾਂ ਨੇ, ਬਰਾਬਰ 0, ਠੀਕ ਹੈ ਜੀ, ਇਸ ਤਰ੍ਹਾਂ ਲਿਖ ਰੱਖਿਆ। ਤਾਂ ਇੱਥੇ ਦੇਖੋ 0 ਕਦੋਂ ਬਣੂਗਾ, 15 ਨੂੰ ਕਿੰਨੇ ਨਾਲ ਗੁਣਾ ਕਰਨੀ ਪਵੇਗੀ, 0 ਦੇ ਨਾਲ, ਫਿਰ ਹੀ ਇਹ 0 ਬਣੇਗਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਹੈ ਜੀ ਘਟਾ 25 ਗੁਣਾ, ਇੱਥੇ ਬੋਕਸ ਦੇ ਰੱਖੇ ਸਾਨੂੰ, ਬਰਾਬਰ 25। ਹੁਣ ਦੇਖੋ ਘਟਾ 25 ਨੂੰ ਕਿੰਨੇ ਨਾਲ ਗੁਣਾ ਕਰਾਂਗੇ ਵੀ ਇਹ 25 ਬਣ ਜਾਏ, ਤਾਂ ਘਟਾ 1 ਦੇ ਨਾਲ ਗੁਣਾ ਕਰਨਾ ਪਵੇਗਾ ਇਹਨੂੰ, ਠੀਕ ਹੈ। ਉਸ ਤੋਂ ਬਾਅਦ ਅਗਲਾ ਸਵਾਲ ਹੈ ਤੀਸਰੇ ਭਾਗ ਦਾ ਤੀਸਰਾ ਸਵਾਲ ਹੈ ਘਟਾ 15 × 18 ਬਰਾਬਰ, ਇੱਥੇ ਸਾਨੂੰ ਇਸ ਤਰ੍ਹਾਂ ਛੱਡ ਰੱਖਿਆ ਇਹਨਾਂ ਨੇ ਖਾਲੀ ਥਾਂ 15, ਠੀਕ ਹੈ ਜੀ, ਇਸ ਤਰ੍ਹਾਂ। ਹੁਣ ਇਸ ਬੋਕਸ ਦੇ ਵਿੱਚ ਕੀ ਭਰਨਾ, ਤਾਂ ਇੱਥੇ ਦੇਖੋ ਸਾਨੂੰ ਪਤਾ ਹੈ ਕਿ ਇਹ ਦੋਨੋਂ ਪਾਸੇ ਬਰਾਬਰ ਹੋਣਗੇ, ਠੀਕ ਹੈ। ਘਟਾ 15 ਇੱਥੇ ਪਈ, ਇੱਥੇ ਵੀ ਘਟਾ 15, ਇੱਥੇ 18 ਨਹੀਂ ਹੈਗਾ, ਇਸ ਸਾਈਡ 'ਤੇ 18 ਨਹੀਂ ਹੈਗੇ, ਇੱਥੇ 18 ਹੈਗੇ, ਤਾਂ ਇੱਥੇ ਅਸੀਂ ਡਾਇਰੈਕਟ 18 ਭਰ ਦੇਵਾਂਗੇ। ਸੋ ਬੜਾ ਈਜੀ ਸੀ, ਬਹੁਤ ਜ਼ਿਆਦਾ ਸੌਖਾ ਹੈ, ਸਾਰੇ ਬੱਚੇ ਤੁਸੀਂ ਕਰ ਸਕਦੇ ਹੋ। ਉਸ ਤੋਂ ਬਾਅਦ ਅਸੀਂ ਅਗਲਾ ਸਵਾਲ ਕਰਦੇ ਹਾਂ ਜੀ। ਚੌਥਾ ਸਵਾਲ ਹੈ ਸਾਨੂੰ ਦਿੱਤਾ ਹੋਇਆ, ਤੀਜੇ ਭਾਗ ਦਾ ਚੌਥਾ ਸਵਾਲ ਸਾਨੂੰ ਕੁਝ ਇਸ ਤਰੀਕੇ ਨਾਲ ਦਿੱਤਾ ਹੋਇਆ ਕਿ ਘਟਾ 10
घटा दस गुणा ब्रैकेट शुरू बिच छोटा ब्रैकेट शुरू घटा पंद्रह जोड़ घटा पंज ठीक है जी ब्रैकेट बंद तो उस तो बाद ए ही बराबर लिखा हुआ है असं इतने लिख रहे हैं तुम इतने भी लिख सकते हो नो प्रॉब्लम ठीक है जी स्पेस घट है इतने अपने को देखो जी घटा दस ठीक है इनू ब्रैकेट के लिख रख लिया उस तो बाद गुणा की बॉक्स छड़ रखे इतने जोड़ घटा दस गुणा घटा पंज ठीक है जी हुण देखो सब तो पहले असं की करा जी इनू हल किवें करांगे असीं घटा दस इत्थे भी है घटा दस इत्थे भी है भाव जेकर इनू बिच गुणा की हुई है इस साइड ते ठीक है भाव जेकर इनू बिच गुणा करांगे देखो समझ के देखो इनू घटा दस गुणा घटा पंद्रह इहदा भाव इत्थे किन्ना आएगा घटा पंद्रह आऊगा क्योंकि इहदे विच गुणा की घटा दस घटा पंज यह बना के दिता पे सानू इट मीन जी इत्थे सानू पंद्रह भरना पवेगा इस बॉक्स के हाँ जी हुण असीं पंजवां सवाल करते हैं पंजवें सवाल की स्टेटमेंट सानू इस तरीके नाल दित्ती गई है तीजे भाग दे दी घटा छे गुणा ब्रैकेट शुरू ब्रैकेट दे विच घटा पंज गुणा ब्रैकेट दे विच घटा अठारह गा ब्रैकेट बंद बराबर दिता हुआ सानू घटा छे ठीक है जी घटा छे गुणा इत्थे बॉक्स दिता हुआ है उस तो बाद है जी गुणा घटा अठारह ठीक है जी इनू असी ने हल करना है देखो जी इतने घटा छे है गुणा के घटा छे है उस तो बाद घटा अठारह ही पे गुणा है इट मीन जी इतने घटा पंज नहीं है गया तो इतने असी की भर देंगे घटा पंज इस तरीके तुम ने यह तीन भाग कंप्लीट कर लेने नहीं।